ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਇੱਕ ਪਾਰਟੀ 'ਤੇ ਚੱਲੀ ਹਾਂ ਜਿਹਦਾ ਥੀਮ ਹੈਗਾ ਪੰਜਾਬ। ਸੋ ਮੈਂ ਸੋਚਿਆ ਉਸੇ ਥੀਮ ਨੂੰ ਮਾਇੰਡ 'ਚ ਰੱਖਦੇ ਹੋਏ ਮੈਂ ਮੇਕਅਪ ਵੀ ਪੰਜਾਬੀ 'ਚ ਕਰਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਮੈਂ ਆਪਣੀ ਪੂਰੀ ਬੁੱਤੀ 'ਤੇ ਫਾਊਂਡੇਸ਼ਨ ਲਾ ਲਿਆ ਅਤੇ ਹੁਣ ਮੈਂ ਆਪਣੇ ਅੱਖਾਂ ਦੇ ਨੀਚੇ ਕਲਰ ਕਰੈਕਟਰ ਲਾ ਰਹੀ ਹਾਂ। ਥੋੜ੍ਹੀ ਦੇਰ ਪਹਿਲਾਂ ਵੀ ਇੱਕ ਅਹੀ ਜਿਹੀ ਵੀਡੀਓ ਬਣਾਈ ਸੀ ਜਿਹਦੇ 'ਚ ਮੈਂ ਪੰਜਾਬੀ 'ਚ ਆਪਣਾ ਸਾਰਾ ਮੇਕਅਪ ਰੂਟੀਨ ਐਕਸਪਲੇਨ ਕੀਤਾ ਸੀ ਅਤੇ ਕਾਫੀ ਵਧੀਆ ਰਿਸਪੋਂਸ ਆਇਆ ਸੀਗਾ। ਸਾਰਿਆਂ ਨੂੰ ਕਾਫੀ ਹੈਲਪਫੁਲ ਲੱਗੀ ਉਹ ਵੀਡੀਓ ਅਤੇ ਮੈਂ ਸੋਚਿਆ ਕਿ ਦੁਬਾਰਾ ਬਣਾਈ ਜਾਵੇ। ਮੇਕਅਪ ਸ਼ੁਰੂ ਕਰਨ ਤੋਂ ਪਹਿਲਾਂ ਸਕਿਨ ਪ੍ਰੈਪ ਕਰਨੀ ਬਹੁਤ ਜ਼ਰੂਰੀ ਆ। ਸੋ ਫਾਊਂਡੇਸ਼ਨ ਲਾਉਣ ਤੋਂ ਪਹਿਲਾਂ ਮੈਂ ਆਪਣੇ ਮੂੰਹ 'ਤੇ ਸੈਟਾਫਿਲ ਦਾ ਮੋਇਸਚਰਾਈਜ਼ਰ, ਆਈ ਕਰੀਮ ਅਤੇ ਆਪਣੇ ਨਾਇਸਿਨਮਾਈਡ ਦੇ ਡ੍ਰੋਪਸ ਲਾਏ ਸੀ। ਹੁਣ ਮੈਂ ਆਪਣੀ ਅੱਖਾਂ ਦੇ ਨੀਚੇ ਕੰਸੀਲਰ ਲਾਇਆ ਅਤੇ ਇਹਨੂੰ ਲਾਉਣ ਤੋਂ ਬਾਅਦ ਮੈਂ ਥੋੜ੍ਹੀ ਦੇਰ ਇਹਨੂੰ ਰੱਖੂੰਗੀ ਤਾਂ ਕਿ ਇਹ ਪੱਕ ਜੇ। ਜਦ ਤੱਕ ਮੇਰਾ ਕੰਸੀਲਰ ਪੱਕ ਰਿਹਾ ਮੈਂ ਤੁਹਾਨੂੰ ਆਪਣੀ ਆਊਟਫਿਟ ਦਿਖਾਉਣੀ ਸੀ। ਸੋ ਮੈਂ ਅੱਜ ਆ ਪਾਉਣੀ ਆ ਸੋਹਣੀ ਜੀ ਲਾਲ ਫੁਲਕਾਰੀ, ਕਿਉਂਕਿ ਇੱਦੋਂ ਵਧੀਆ ਪੰਜਾਬੀ ਲੁੱਕ ਹੀ ਹੋ ਸਕਦੀ ਆ। ਹੁਣ ਮੈਂ ਆਪਣੀ ਆਈਬ੍ਰੋਜ਼ ਫਿਲ ਕਰ ਰਹੀ ਹਾਂ। ਇਹ ਹੁਦਾ ਬਿਊਟੀ ਦਾ ਬੋਮ ਬਰਾਊਜ਼ ਪ੍ਰੋਡਕਟ ਹੈਗਾ ਅਤੇ ਬੜੀ ਚੰਗੀ ਤਰ੍ਹਾਂ ਫਾਈਨਲੀ ਤੁਹਾਡੇ ਆਈਬ੍ਰੋਜ਼ ਨੂੰ ਫਿਲ ਕਰ ਦਿੰਦਾ ਅਤੇ ਬਾਕੀ ਜਿੰਨੀ ਵੀ ਕਸਰ ਰਹਿ ਗਈ ਉਹ ਮੈਂ ਆਪਣੀ ਬਰਾਊ ਪੈਨਸਿਲ ਨਾਲ ਪੂਰੀ ਕਰਦੀ ਹਾਂ। ਮੈਨੂੰ ਜ਼ਿਆਦਾ ਬਰਾਊਜ਼ ਫਿਲ ਕਰਨ ਦੀ ਲੋੜ ਨਹੀਂ। ਆਈ ਥਿੰਕ ਜਿਹੜੀ ਵੀਡੀਓਜ਼ ਮੈਂ ਇੱਥੇ ਪਾਉਂਦੀ ਹਾਂ ਉਹਦੇ ਤੋਂ ਕਾਫੀ ਓਬਵੀਅਸ ਹੋਊਗਾ, ਪਰ ਮੈਨੂੰ ਪੰਜਾਬੀ ਹੋਣ ਦੇ ਵਿੱਚ ਬਹੁਤ ਮਾਣ ਹੈ। ਮੈਨੂੰ ਸੱਚੀ ਆਪਣਾ ਕਲਚਰ ਬਹੁਤ ਵਧੀਆ ਲੱਗਦਾ ਹੈ ਅਤੇ ਆਪਣੀ ਸਾਰੀ ਹਿਸਟਰੀ ਅਤੇ ਸਾਰਾ ਕੁਛ। ਆਈ ਗੈਸ ਕਿਉਂਕਿ ਜ਼ਿਆਦਾਤਰ ਮੈਂ ਆਪਣੀ ਜ਼ਿੰਦਗੀ ਪੰਜਾਬ ਵਿੱਚ ਹੀ ਗੁਜ਼ਾਰੀ ਹੈ ਅਤੇ ਮੈਨੂੰ ਉੱਥੇ ਦੇ ਲੋਕਾਂ ਨਾਲ ਅਤੇ ਜਿਵੇਂ ਮੈਂ ਕਿਹਾ ਆਪਣੇ ਕਲਚਰ ਨਾਲ ਸੱਚੀ ਬਹੁਤ ਪਿਆਰ ਹੈ। ਤਾਂ ਹੀ ਹੁਣ ਤੋਂ ਮੈਂ ਟਰਾਈ ਕਰੂੰਗੀ ਕਿ ਮੈਂ ਹੋਰ ਵੀ ਜ਼ਿਆਦਾ ਵੀਡੀਓਜ਼ ਪੰਜਾਬੀ ਵਿੱਚ ਬਣਾਵਾਂ। ਇਹ ਆਪਣੀ ਮਾਂ ਬੋਲੀ ਹੈ ਅਤੇ ਆਪਾਂ ਨੂੰ ਸਭ ਕੁਛ ਕਰਨਾ ਚਾਹੀਦਾ ਇਹਨੂੰ ਅਲਾਈਵ ਰੱਖਣ ਲਈ। ਹੁਣੇ ਮੈਂ ਆਪਣੇ ਗੱਲਾਂ 'ਤੇ ਕਰੀਮ ਬਲਾਸ਼ ਜਾਂ ਲਾਲ ਜੀ ਕਰੀਮ ਲਾਈ ਸੀ ਅਤੇ ਹੁਣ ਮੈਂ ਇਹਨੂੰ ਇੱਕ ਬ੍ਰਸ਼ ਦੇ ਨਾਲ ਬਲੈਂਡ ਕਰ ਰਹੀ ਹਾਂ। ਅੱਜ ਦੀ ਲੁੱਕ ਕਾਫੀ ਸਿੰਪਲ ਰੱਖਣੀ ਸੀ ਪਰ ਮੈਂ ਆਪਣੀ ਕ੍ਰੀਜ਼ ਦੇ ਵਿੱਚ ਥੋੜ੍ਹਾ ਜਿਹਾ ਕਲਰ ਲਾਊਂਗੀ, ਜ਼ਿਆਦਾ ਲੱਗ ਗਿਆ। ਅਤੇ ਆ ਅੱਖਾਂ ਦੇ ਕੋਨੇ ਦੇ ਵਿੱਚ ਥੋੜ੍ਹਾ ਜਿਹਾ ਗੋਲਡ ਦਾ ਪੋਪ, ਲਾਈਨਰ ਅਤੇ ਮਸਕਾਰਾ ਵੀ ਲਾ ਲਿਆ ਅਤੇ ਹੁਣ ਮੈਂ ਆਪਣੇ ਫੇਸ 'ਤੇ ਬ੍ਰੌਂਜ਼ਰ ਲਾਉਣ ਲੱਗੀ ਹਾਂ। ਥੋੜ੍ਹਾ ਜਿਹਾ ਕਲਰ ਦੇ ਦੂੰਗਾ ਇਹਨੂੰ ਅਤੇ ਸਭ ਤੋਂ ਲਾਸਟ ਸਟੈਪ ਮੈਂ ਮੈਕ ਦਾ ਹਾਰਮਨੀ ਬਲੱਸ਼ ਲਾ ਰਹੀ ਹਾਂ।